नॉर्थ अमेरिका के दो गुआंढी देश, एक है अमेरिका ते दूसरा है कैनेडा। इन्हां दोनों देशों नूं लैके ही लोगों के विच बहस हुंदी रहिंदी है कि इन्हां दोनों देशों के विचों किहड़ा देश ज़्यादा वधिया है। कई सारे लोग कहिंदे ने कि कैनेडा बहुत वधिया देश है अमेरिका दे नालों, पर कई सारिया रिपोर्टां पढ़न तों बाद जिहड़ियां चीज़ां सामने आईयां ने उन्हां दे आधार ते मैं अज तुहानूं दसूंगा कि यूनाइटेड स्टेट ऑफ अमेरिका कैनेडा दे मुकाबले बहुत ज़्यादा वधिया ते एडवांस देश है। ये सारे पॉइंट सुनने तों बाद तुसीं समझ जाओगे कि अमेरिका दा अज पूरी दुनिया ते दबदबा क्यों है, क्यों कैनेडा इन्ना अमीर ते डिवेलप होण दे बावजूद भी अमेरिका दे सामने कितें नहीं टिकदा। अज दी इस वीडियो दे विच तुहानू साफ साफ इस दे कारणां दा पता लग जाएगा। सो जुड़े रहो मेरे नाल, मैं तुहाडा होस्ट जसप्रीत सिंह, तुसीं देख रहे हो जो टीवी। सब तो पहले आप गल करते हैं जॉब अपॉर्चुनिटी की। जेकर तुसी चाहते हो कि तुसी किसी वधिया कंपनी दे विच जॉब करनी है ते चंगा पैसा कमाना है तो अमेरिका तो वधिया कोई भी देश तुहाडे लई नहीं है, क्योंकि यह दुनिया की सब तो वड्डी इकोनमी है ते दुनिया दी सारियां वड्डियां कंपनियां अमेरिका तो ही चलदियां ने। जिन्नियां भी वड्डियां कंपनियां ने उन्हां दे इत्थे बहुत वड्डे वड्डे ऑफिस ने ते उन्हां दे ज्यादातर हैडक्वार्टर भी अमेरिका दे विच ने। ते आईटी सैक्टर दे विच तां अज दे दिन अमेरिका दा किसी भी तरह दे नाल कोई भी देश कितें भी टाकरा नहीं कर सकता। यूएसए दी हर एक सिटी दे विच तुहानूं सौखियां ही जॉब मिल जाएगी, पर कनेडा ਦੇ ਵਿੱਚ ਅਜਿਹਾ ਬਿਲਕੁਲ ਨਹੀਂ ਹੁੰਦਾ। ਕੈਨੇਡਾ ਦੇ ਵਿੱਚ ਤੁਹਾਨੂੰ ਜੌਬ ਲੈਣ ਦੇ ਲਈ ਕਾਫੀ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ। ਚਾਹੇ ਕੈਨੇਡਾ ਦੇ ਕੋਲ ਕਾਫੀ ਜ਼ਿਆਦਾ ਜੌਬ ਓਪਰਚੁਨਿਟੀਜ਼ ਨੇ, ਪਰ ਯੂਐਸਏ ਯਾਨੀ ਕਿ ਅਮਰੀਕਾ ਦੇ ਮੁਕਾਬਲੇ ਉਹ ਕੁਝ ਵੀ ਨਹੀਂ ਹਨ। ਕੈਨੇਡਾ ਦੇ ਹਰ ਇੱਕ ਸ਼ਹਿਰ ਜਾਂ ਹਰ ਇੱਕ ਪ੍ਰੋਵਿਜ਼ਨ ਦੇ ਵਿੱਚ ਤੁਹਾਨੂੰ ਵਧੀਆ ਜੌਬ ਮਿਲ ਜੇ ਅਜਿਹਾ ਵੀ ਮੁਮਕਿਨ ਨਹੀਂ ਹੈ। ਅਗਲਾ ਵੱਡਾ ਪੁਆਇੰਟ ਹੈ ਜੀ, ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਕਾਸਟ ਆਫ ਲਿਵਿੰਗ ਯਾਨੀ ਕਿ ਰਹਿਣ ਸਹਿਣ ਦਾ ਖਰਚਾ। ਰਹਿਣ ਸਹਿਣ ਦੇ ਮਾਮਲੇ ਦੇ ਵਿੱਚ ਵੀ ਤੁਹਾਨੂੰ ਅਮਰੀਕਾ ਸਸਤਾ ਪੈਂਦਾ ਹੈ ਤੇ ਕੈਨੇਡਾ ਮਹਿੰਗਾ ਪੈਂਦਾ ਹੈ। ਕੈਨੇਡਾ ਦੇ ਵਿੱਚ ਘਰਾਂ ਦੇ ਰੇਟ ਤੁਹਾਨੂੰ ਅਮਰੀਕਾ ਦੇ ਨਾਲੋਂ 3 ਗੁਣਾ ਜ਼ਿਆਦਾ ਮਿਲਣਗੇ। ਫੂਡ ਯਾਨੀ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਰੇਟ ਵੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਨਾਲੋਂ ਦੁੱਗਣੇ ਨੇ ਤੇ ਇੱਥੇ ਪਬਲਿਕ ਟਰਾਂਸਪੋਰਟ ਵੀ ਅਮਰੀਕਾ ਦੇ ਨਾਲੋਂ ਦੁੱਗਣੀ ਮਹਿੰਗੀ ਹੈ। ਅਮਰੀਕਾ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਸਸਤੀਆਂ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਉਹਨਾਂ ਕੋਲੇ ਸਾਰੀਆਂ ਚੀਜ਼ਾਂ ਆਪਣੀਆਂ ਨੇ ਤੇ ਕੈਨੇਡਾ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚੀਜ਼ਾਂ ਨੂੰ ਦੂਜੇ ਦੇਸ਼ਾਂ ਦੇ ਵਿੱਚੋਂ ਇੰਪੋਰਟ ਕਰਾਉਂਦਾ ਹੈ। ਇਹੀ ਕਾਰਨ ਕਰਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਨਾਲੋਂ ਜ਼ਿਆਦਾ ਮਹਿੰਗਾਈ ਹੈ। ਅਗਲਾ ਬਹੁਤ ਵੱਡਾ ਪੁਆਇੰਟ ਹੈ ਜੀ, ਇਕਨੋਮੀ ਯਾਨੀ ਕਿ ਜੀਡੀਪੀ। ਇਸ ਮਾਮਲੇ ਦੇ ਵਿੱਚ ਅਮਰੀਕਾ ਅੱਜ ਪੂਰੀ ਦੁਨੀਆ ਦੇ ਸਿਖਰ ਤੇ ਹੈ ਤੇ ਪੂਰੀ ਦੁਨੀਆ ਦਾ ਕੋਈ ਵੀ ਦੇਸ਼ ਅਮਰੀਕਾ ਦੇ ਨੇੜੇ ਤੇੜੇ ਨਹੀਂ ਹੈ ਉਸ ਦੀ ਜੀਡੀਪੀ ਦੇ ਵਿੱਚ। ਅੱਜ ਦੇ ਦਿਨ ਯੂਐਸਏ ਦੀ ਨੋਮੀਨਲ ਜੀਡੀਪੀ 24 ਟ੍ਰਿਲੀਅਨ ਯੂਐਸ ਡਾਲਰ ਨੂੰ ਕ੍ਰਾਸ ਕਰ ਚੁੱਕੀ ਹੈ ਤੇ ਇੰਨੀ ਜ਼ਿਆਦਾ ਜੀਡੀਪੀ ਦੇ ਕਾਰਨ ਹੀ ਅਮਰੀਕਾ ਅੱਜ ਦੁਨੀਆ ਦਾ ਨੰਬਰ 1 ਦੇਸ਼ ਬਣ ਗਿਆ ਹੈ ਜੀਡੀਪੀ ਦੇ ਵਿੱਚ। ਤੇ ਉੱਥੇ ਹੀ ਅੱਜ ਦੇ ਦਿਨ ਕੈਨੇਡਾ ਦੀ ਨੋਮੀਨਲ ਜੀਡੀਪੀ ਹੈ 2.2 ਟ੍ਰਿਲੀਅਨ ਡਾਲਰ ਤੇ ਜਿਸ ਦੇ ਕਾਰਨ ਹੀ ਅਮਰੀਕਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਉੱਥੇ ਹੀ ਅੱਜ ਅਮਰੀਕਾ ਪੂਰੀ ਦੁਨੀਆ ਦਾ ਨੰਬਰ 1 ਇਕਨੋਮੀ ਵਾਲਾ ਦੇਸ਼ ਹੈ ਤੇ ਕੈਨੇਡਾ ਪੂਰੀ ਦੁਨੀਆ ਦਾ ਨੰਬਰ 8 ਤੇ ਇਕਨੋਮੀ ਵਾਲਾ ਦੇਸ਼ ਹੈ। ਅਗਲਾ ਵੱਡਾ ਪੁਆਇੰਟ ਹੈ ਮੌਸਮ ਤੇ ਵਾਤਾਵਰਣ ਦਾ। ਜੇਕਰ ਦੇਖਿਆ ਜਾਵੇ ਕੈਨੇਡਾ ਤੇ ਅਮਰੀਕਾ ਇਹ ਦੋਵੇਂ ਦੇਸ਼ ਹੀ ਬਹੁਤ ਜ਼ਿਆਦਾ ਠੰਡੇ ਦੇਸ਼ ਨੇ। ਤਕੜੇ ਲੈਵਲ ਦੀ ਠੰਡ ਤਾਂ ਤੁਹਾਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਵੀ ਮਿਲੇਗੀ, ਪਰ ਅਮਰੀਕਾ ਦੇ ਕੋਲ ਏਰੀਆ ਬਹੁਤ ਜ਼ਿਆਦਾ ਵੱਡਾ ਹੈ ਤੇ ਉਹ ਤਕਰੀਬਨ ਸਾਰਾ ਏਰੀਆ ਹੀ ਉੱਥੋਂ ਦਾ ਡਿਵੈਲਪ ਵੀ ਹੈ, ਜਿਸ ਦੇ ਕਾਰਨ ਹਰ ਇੱਕ ਅਮਰੀਕਨ ਦੇ ਕੋਲ ਇਹ ਆਪਸ਼ਨ ਜ਼ਰੂਰ ਹੁੰਦੀ ਹੈ ਕਿ ਉਹ ਅਮਰੀਕਾ ਦੇ ਵਿੱਚ ਕਿਸੇ ਹੋਰ ਗਰਮ ਜਗ੍ਹਾ ਤੇ ਜਾ ਕੇ ਵੀ ਰਹਿ ਸਕਦਾ ਹੈ। ਅਮਰੀਕਾ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਬਹੁਤ ਘੱਟ ਠੰਡ ਪੈਂਦੀ ਹੈ, ਪਰ ਕੈਨੇਡਾ ਦੇ ਵਿੱਚ ਤੁਹਾਨੂੰ ਇੱਥੇ ਜ਼ਿਆਦਾ ਕੋਈ ਆਪਸ਼ਨ ਨਹੀਂ ਮਿਲੇਗੀ, ਕਿਉਂਕਿ ਕੈਨੇਡਾ ਦੇ ਵਿੱਚ ਅਮਰੀਕਾ ਦੇ ਨਾਲੋਂ ਠੰਡ ਵੀ ਜ਼ਿਆਦਾ ਪੈਂਦੀ ਹੈ ਤੇ ਕੈਨੇਡਾ ਦੇ ਵਿੱਚ ਅਜਿਹੇ ਏਰੀਏ ਵੀ ਨਹੀਂ ਹਨ ਜਿੱਥੇ ਗਰਮੀ ਜ਼ਿਆਦਾ ਹੋਵੇ। ਤੇ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਗਰਮੀ ਪੈਂਦੀ ਹੈ ਉਹ ਵੀ ਚੁਭਣ ਵਾਲੀ ਗਰਮੀ ਹੁੰਦੀ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਦੀ ਠੰਡ ਵੀ ਮਾੜੀ ਹੈ ਤੇ ਗਰਮੀ ਵੀ ਮਾੜੀ ਹੈ, ਪਰ ਅਮਰੀਕਾ ਦੇ ਵਿੱਚ ਤੁਹਾਡੇ ਕੋਲ ਆਪਸ਼ਨਾਂ ਬਹੁਤ ਹੁੰਦੀਆਂ ਨੇ। ਜਿਵੇਂ ਨਿਊਯਾਰਕ ਦੇ ਵਿੱਚ ਕਾਫੀ ਜ਼ਿਆਦਾ ਠੰਡ ਪੈਂਦੀ ਹੈ, ਉੱਥੇ ਅਮਰੀਕਾ ਦੇ ਮਿਆਮੀ ਦੇ ਵਿੱਚ ਮੌਸਮ ਬਿਲਕੁਲ ਵਧੀਆ ਬਣਿਆ ਰਹਿੰਦਾ ਹੈ ਸਾਰਾ ਸਾਲ ਹੀ। ਅਗਲਾ ਪੁਆਇੰਟ ਹੈ ਜੀ ਨਾਈਟ ਲਾਈਫ ਨੂੰ ਲੈ ਕੇ। ਨਾਈਟ ਲਾਈਫ ਦੇ ਮੁਕਾਬਲੇ ਦੇ ਵਿੱਚ ਵੀ ਅਮਰੀਕਾ ਅੱਜ ਪਹਿਲੇ ਨੰਬਰ ਤੇ ਹੈ ਪੂਰੀ ਦੁਨੀਆ ਦੇ ਵਿੱਚ। ਇੱਥੋਂ ਦਾ ਲਾਸ ਵੇਗਸ ਆਪਣੀ ਨਾਈਟ ਲਾਈਫ, ਪੱਬ, ਕਲੱਬ ਅਤੇ ਕੈਸੀਨੋ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਪਰ ਕੈਨੇਡਾ ਦੀ ਨਾਈਟ ਲਾਈਫ ਕੋਈ ਜ਼ਿਆਦਾ ਖਾਸ ਨਹੀਂ ਹੈ। ਇੱਥੋਂ ਦੀ ਨਾਈਟ ਲਾਈਫ ਤੁਹਾਨੂੰ ਅਮਰੀਕਾ ਦੇ ਮੁਕਾਬਲੇ ਬਹੁਤ ਜ਼ਿਆਦਾ ਬੋਰਿੰਗ ਲੱਗੇਗੀ। ਅਗਲਾ ਪੁਆਇੰਟ ਹੈ ਜੀ ਮਿਲਟਰੀ ਦਾ। ਯੂਐਸਏ ਦੀ ਮਿਲਟਰੀ ਤੋਂ ਅੱਜ ਪੂਰੀ ਦੁਨੀਆ ਖੌਫ ਖਾਂਦੀ ਹੈ। ਯੂਐਸਏ ਦੀ ਮਿਲਟਰੀ ਅੱਜ ਪੂਰੀ ਦੁਨੀਆ ਦੇ ਵਿੱਚ ਨੰਬਰ 1 ਮਿਲਟਰੀ ਮੰਨੀ ਜਾਂਦੀ ਹੈ, ਜਿਨ੍ਹਾਂ ਦੇ ਕੋਲ ਹਰ ਤਰ੍ਹਾਂ ਦੇ ਐਡਵਾਂਸ ਤੋਂ ਐਡਵਾਂਸ ਵੈਪਨ ਨੇ ਤੇ ਮਿਲਟਰੀ ਇੰਡੈਕਸ ਦੇ ਰੈਂਕ ਦੇ ਮੁਤਾਬਕ ਅੱਜ ਦੇ ਦਿਨ ਯੂਐਸਏ ਦੀ ਮਿਲਟਰੀ ਦਾ ਰੈਂਕ ਹੈ 0.0453 ਤੇ ਇਸ ਰੈਂਕ ਦੇ ਨਾਲ ਯੂਐਸਏ ਦੀ ਮਿਲਟਰੀ ਅੱਜ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਸਟਰੋਂਗ ਮਿਲਟਰੀ ਦੇ ਵਿੱਚੋਂ ਇੱਕ ਹੈ। ਉੱਥੇ ਕੈਨੇਡਾ ਦੀ ਮਿਲਟਰੀ ਪਾਵਰ ਦਾ ਅੱਜ ਦੇ ਦਿਨ ਇੰਡੈਕਸ ਦੇ ਵਿੱਚ ਸਕੋਰ ਹੈ 0.3601। ਇਸ ਰੈਂਕ ਦੇ ਨਾਲ ਕੈਨੇਡਾ 23ਵੇਂ ਨੰਬਰ ਦੀ ਕੰਟਰੀ ਹੈ ਪੂਰੀ ਦੁਨੀਆ ਦੇ ਵਿੱਚ ਮਿਲਟਰੀ ਵਾਲੀ। ਮਿਲਟਰੀ ਰੈਂਕ ਦੇ ਵਿੱਚ ਵੀ ਕੈਨੇਡਾ ਅਮਰੀਕਾ ਦੇ ਸਾਹਮਣੇ ਦੂਰ ਦੂਰ ਤੱਕ ਕਿਤੇ ਨਹੀਂ ਟਿਕਦਾ। ਅਗਲਾ ਪੁਆਇੰਟ ਹੈ ਜੀ ਮਿਲਟਰੀ ਬਜਟ ਦਾ। ਹਰ ਇੱਕ ਦੇਸ਼ ਆਪਣੀ ਮਿਲਟਰੀ ਦੇ ਖਰਚਿਆਂ ਦੇ ਲਈ ਇੱਕ ਬਹੁਤ ਵੱਡੀ ਮੋਟੀ ਰਕਮ ਹਰ ਸਾਲ ਆਪਣੀ ਮਿਲਟਰੀ ਦੇ ਉੱਪਰ ਖਰਚ ਕਰਦਾ ਹੈ। ਆਪਣੀ ਜੀਡੀਪੀ ਦਾ ਬਹੁਤ ਵੱਡਾ ਹਿੱਸਾ ਬਹੁਤ ਸਾਰੇ ਦੇਸ਼ ਆਪਣੀ ਮਿਲਟਰੀ ਪਾਵਰ ਦੇ ਉੱਪਰ ਖਰਚ ਕਰਦੇ ਨੇ। ਜੇਕਰ ਅੱਜ ਦੇ ਦਿਨ ਦੇਖਿਆ ਜਾਵੇ ਤਾਂ ਯੂਐਸਏ ਹਰ ਸਾਲ ਆਪਣੀ ਮਿਲਟਰੀ ਦੇ ਉੱਪਰ 801 ਬਿਲੀਅਨ ਯੂਐਸ ਡਾਲਰ ਖਰਚ ਕਰਦਾ ਹੈ ਤੇ ਇਸ ਦੇ ਨਾਲ ਹੀ ਅਮਰੀਕਾ ਇਸ ਰੈਂਕ ਦੇ ਵਿੱਚ ਵੀ ਪਹਿਲੇ ਨੰਬਰ ਤੇ ਆ ਜਾਂਦਾ ਹੈ ਕਿ ਉਹ ਇੱਕ ਅਜਿਹਾ ਦੇਸ਼ ਹੈ ਜਿਹੜਾ ਸਭ ਤੋਂ ਵੱਧ ਖਰਚ ਕਰਦਾ ਹੈ ਆਪਣੀ
ਮਿਲਟਰੀ ਦੇ ਉੱਪਰ ਆਪਣੀ ਜੀ ਡੀ ਪੀ ਦਾ ਬਹੁਤ ਵੱਡਾ ਹਿੱਸਾ ਲਾ ਕੇ, ਉੱਥੇ ਹੀ ਦੂਜੇ ਪਾਸੇ ਕੈਨੇਡਾ ਹਰ ਸਾਲ ਆਪਣੀ ਮਿਲਟਰੀ ਦੇ ਉੱਪਰ 26.4 ਬਿਲੀਅਨ US ਡਾਲਰ ਹੀ ਖਰਚ ਕਰਦਾ ਹੈ। ਅਗਲਾ ਇੱਥੇ ਬਹੁਤ ਵੱਡਾ ਪੁਆਇੰਟ ਆ ਜਾਂਦਾ ਹੈ ਜੀ ਸ਼ੋਪਿੰਗ ਮਾਲ ਨੂੰ ਲੈ ਕੇ। ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਦੇ ਨਾਲੋਂ ਕਿਤੇ ਜ਼ਿਆਦਾ ਸ਼ੋਪਿੰਗ ਮਾਲ ਅਮੈਰੀਕਾ ਦੇ ਵਿੱਚ ਮੌਜੂਦ ਨੇ, ਕਿਉਂਕਿ ਅਮੈਰੀਕਾ ਦੀ ਆਬਾਦੀ ਜ਼ਿਆਦਾ ਹੈ। ਇਸ ਕਰਕੇ ਵੱਡੀਆਂ ਦੁਕਾਨਾਂ ਤੇ ਵੱਡੇ ਸ਼ੋਪਿੰਗ ਮਾਲ ਤੁਹਾਨੂੰ ਅਮੈਰੀਕਾ ਦੇ ਵਿੱਚ ਥਾਂ ਥਾਂ ਤੇ ਬਣੇ ਹੋਏ ਮਿਲ ਜਾਣਗੇ। ਇੱਦਾਂ ਦਾ ਪੂਰੇ ਕੈਨੇਡਾ ਦੇ ਵਿੱਚ ਸਿਰਫ 3700 ਸ਼ੋਪਿੰਗ ਮਾਲ ਨੇ, ਜਦਕਿ ਅਮੈਰੀਕਾ ਦੇ ਵਿੱਚ 1,16,000 ਸ਼ੋਪਿੰਗ ਮਾਲ ਨੇ ਤੇ US ਤੋਂ ਜ਼ਿਆਦਾ ਸ਼ੋਪਿੰਗ ਮਾਲ ਅੱਜ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਹਨ। ਪੂਰੇ ਯੂਰਪ ਦੇ ਵਿੱਚ ਵੀ ਉਨੇ ਸ਼ੋਪਿੰਗ ਮਾਲ ਨਹੀਂ ਹਨ ਜਿੰਨੇ ਇਕੱਲੇ ਅਮੈਰੀਕਾ ਦੇ ਵਿੱਚ ਨੇ, ਤੇ ਇਸ ਦੇ ਨਾਲ ਹੀ ਸ਼ੋਪਿੰਗ ਕਰਨ ਵਾਲਿਆਂ ਦੇ ਲਈ USA ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੈਨੇਡਾ ਤੇ ਅਮੈਰੀਕਾ ਦੋਨੇ ਦੇਸ਼ਾਂ ਦੀ ਤੁਲਨਾ ਕੀਤੀ ਹੈ, ਪਰ ਜਿੱਥੇ ਆਪਾਂ ਰਹਿੰਦੇ ਹੋਈਏ ਜਿਹੜਾ ਦੇਸ਼ ਆਪਾਂ ਨੂੰ ਰੋਟੀ ਦਿੰਦਾ ਹੈ ਉਹੀ ਸਾਡੇ ਲਈ ਵਧੀਆ ਹੁੰਦਾ ਹੈ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।